ਲਚਿਆਣਾ ਇਹ ਲਾਲਚ ਇਨਸਾਨ ਨੂੰ ਨਰਕ ਦੇ ਵੱਲ ਲੈ ਕੇ ਜਾਂਦਾ ਹੈ। ਲਾਲਚ ਸਾਨੂੰ ਜਿਹੜੇ ਸਾਡੇ ਆਪਣੇ ਨੇ, ਜਿਹੜੇ ਕਿ ਸਾਨੂੰ ਬੜਾ ਪਿਆਰ ਕਰਦੇ ਨੇ, ਕਿ ਜੋ ਅਸੀਂ ਵੀ ਬੜਾ ਪਿਆਰ ਕਰਦੇ ਹਾਂ, ਪਰ ਇੱਕ ਪੈਸਾ ਐਸੀ ਚੀਜ਼ ਆ ਕਿ ਉਹ ਪੈਸਾ ਜਿਹੜਾ ਵਾ ਕਿ ਸਾਨੂੰ ਨਰਕ ਦੇ ਵੱਲ ਲੈ ਕੇ ਚੱਲ ਜਾਂਦਾ। ਇਨਸਾਨ ਇੰਨਾ ਲਾਲਚੀ ਹੋ ਜਾਂਦਾ ਹੈ। ਲਾਲਚੀ ਇਨਸਾਨ ਦੇ ਵਿੱਚ ਲਾਲਚ ਕਿੱਦਾਂ ਆਇਆ? ਲਾਲਚ ਆਇਆ ਜਦੋਂ ਪਾਪ ਆਇਆ। ਹਾਂਜੀ, 12 ਚੇਲਿਆਂ ਦੇ ਵਿੱਚੋਂ ਇੱਕ ਚੇਲਾ ਯਿਸੂ ਮਸੀਹ ਦਾ, ਉਹਦੀ ਵੀ ਇੱਕ ਡਿਊਟੀ ਲਾਈ ਆ, ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ, ਉਹਦੀ ਇੱਕ ਡਿਊਟੀ ਆ। ਉਹ ਇਹ ਗੱਲ ਹੋਣੀ ਸੀ ਕਿਉਂਕਿ ਪਹਿਲਾਂ ਹੀ ਲਿਖਿਆ ਹੋਇਆ ਵਾ, ਜਦੋਂ ਅਸੀਂ ਪੁਰਾਣਾ ਇਤਿਹਾਸ ਖੋਲਦੇ ਹਾਂ ਨਾ, ਜਦੋਂ ਆਪਾਂ ਯਸਾਇਆ ਨੂੰ ਪੜ੍ਹਦੇ ਹਾਂ ਨਾ, ਤੇ ਯਸਾਇਆ ਦੇ ਵਿੱਚ ਪੁਰਾਣੀ ਯਸਾਇਆ ਜਦੋਂ ਅਸੀਂ ਪੜ੍ਹਦੇ ਹਾਂ ਨਾ, ਤੇ ਯਸਾਇਆ ਦੇ ਵਿੱਚ ਲਿਖਿਆ ਹੈ, ਯਸਾਇਆ ਪੁਰਾਣੀ ਦੇ ਵਿੱਚ। ਸੁਣੋ, ਆਪਾਂ ਚਲੋ ਜਿਹੜੀ 14 ਐਤ ਆ ਨਾ, ਹੁਣ ਬੇਟਾ ਤੂੰ ਪੜ੍ਹ ਜਰਾ ਚੰਗੀ ਤਰ੍ਹਾਂ, ਪੜ੍ਹੋ ਵਧੀਆ, ਪੜ੍ਹੋ ਜਰਾ, ਪੜ੍ਹੋ ਬੁਆ ਜੀ। ਤਦ ਉਹਨਾਂ 12 ਵਿੱਚੋਂ ਇੱਕ ਨੇ ਜਿਹਦਾ ਨਾਮ ਯਹੂਦਾ ਇਸਕ ਜੋਤੀ ਸੀ, ਪ੍ਰਧਾਨ ਜਾਜਕਾਂ ਦੇ ਕੋਲ ਜਾ ਕੇ ਆਖਿਆ, ਜੇ ਮੈਂ ਉਸ ਨੂੰ ਤੁਹਾਡੇ ਹੱਥ ਫੜਵਾਵਾਂ, ਤੁਸੀਂ ਮੈਨੂੰ ਕੀ ਦਵੋਗੇ? ਦੱਸੋ ਮੈਨੂੰ ਕੀ ਦਵੋਗੇ ਜੇ ਮੈਂ ਯਿਸੂ ਮਸੀਹ ਨੂੰ ਫੜਵਾ ਦਵਾਂ? ਅੱਜ ਮੇਰੀ ਓ ਪਿਆਰੇ ਦੋਸਤੋ, ਪਿਆਰੇ ਭੈਣ ਭਰਾਵੋ, ਯਿਸੂ ਮਸੀਹ ਨੂੰ ਅੱਜ ਵੀ ਫੜਾਉਣ ਵਾਲੇ ਨੇ। ਅੱਜ ਵੀ ਯਿਸੂ ਮਸੀਹ ਦੇ ਬਹੁਤ ਸਾਰੇ ਖਿਲਾਫ ਨੇ, ਅੱਜ ਵੀ ਯਿਸੂ ਮਸੀਹ ਦੇ ਖਿਲਾਫ ਬਹੁਤ ਨੇ, ਅੱਜ ਵੀ ਯਿਸੂ ਮਸੀਹ ਤੋਂ ਘਿਣ ਕਰਨ ਵਾਲੇ ਬਹੁਤ ਨੇ। ਅੱਜ ਵੀ ਜੁਗਤਾਂ ਬਣੀਆਂ ਜਾਂਦੀਆਂ ਨੇ, ਯੋਜਨਾ ਬਣ ਰਹੀਆਂ ਨੇ ਕਿ ਮਸੀਹਾਂ ਨੂੰ ਕਿਵੇਂ ਇਹਨਾਂ ਦੇ ਸਤਸੰਗ ਬੰਦ ਕੀਤੇ ਜਾਣ, ਕਿਵੇਂ ਇਹਨਾਂ ਦੇ ਸਤਸੰਗ ਬੰਦ ਹੋਣ, ਕਿਉਂਕਿ ਇਹ ਵਚਨ ਦੇ ਵਿੱਚ ਪਹਿਲੇ ਲਿਖ ਦਿੱਤਾ ਵਾ ਕਿ ਮੇਰੇ ਨਾਮ ਦੇ ਕਰਕੇ ਤੁਹਾਨੂੰ ਲੋਕ ਕੀ ਕਰਨਗੇ, ਬੋਲੀਆਂ ਮਾਰਨਗੇ ਤੇ ਤੁਹਾਡੇ ਤੇ ਝੂਠ ਮੂਠ ਲਾ ਕੇ ਤੇ ਤੁਹਾਨੂੰ ਹਾਕਮਾਂ ਦੇ ਹਵਾਲੇ ਕਰ ਦੇਣਗੇ, ਤੇ ਤੁਹਾਡਾ ਦਿਲ ਨਾ ਘਬਰਾਵੇ। ਪ੍ਰਭੂ ਕਹਿੰਦਾ ਵਾ ਤੁਹਾਡਾ ਦਿਲ ਨਾ ਘਬਰਾਵੇ। ਇਹ ਤੇ ਗੱਲਾਂ ਹੋਣੀਆਂ ਹੀ ਆ, ਇਹ ਤੇ ਹੋ ਕੇ ਹੀ ਰਹਿਣੀਆਂ ਵਾ। ਜਦੋਂ ਉਹਨਾਂ ਨੇ ਵੇਖੋ ਮੇਰੀਓ ਪਿਆਰੀਓ ਭੈਣੋ, ਇਹ ਯਿਸੂ ਮਸੀਹ ਦੇ ਨਾਲ ਉਹਨਾਂ ਨੇ ਇਸ ਤਰ੍ਹਾਂ ਕੀਤਾ, ਤੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੀ ਹੋ ਰਵੇਗਾ, ਹੋ ਕੇ ਹੀ ਰਵੇਗਾ। ਯਿਸੂ ਮਸੀਹ ਦੀ ਤਰੀਕ ਤੈਅ ਸੀ, ਉਹਦਾ ਮਰਨਾ ਤੈਅ ਸੀ, ਉਹਦਾ ਮਰਨਾ ਜਿਹੜਾ ਸੀ
ਪਹਿਲੇ ਹੀ ਕਈ ਹਜ਼ਾਰ ਸਾਲ ਪਹਿਲੇ ਹੀ ਲਿਖਿਆ ਗਿਆ ਸੀ, ਪਹਿਲੇ ਹੀ ਉਹਦਾ ਮਰਨਾ ਜਿਹੜਾ ਤੈਅ ਸੀਗਾ। ਤਾਂ ਹੀ ਤੇ ਪ੍ਰਭੂ ਯਿਸੂ ਮਸੀਹ ਸਟਾਰਟਿੰਗ ਦੇ ਵਿੱਚ ਆਪਣੇ ਚੇਲਿਆਂ ਨੂੰ ਕਹਿੰਦੇ ਨੇ ਕਿ ਤੁਸੀਂ ਜਾਣਦੇ ਹੋ ਜੋ ਦੋ ਦਿਨਾਂ ਦੇ ਪਿੱਛੋਂ ਪਸਾਹ ਦਾ ਤਿਉਹਾਰ ਹੋਵੇਗਾ ਅਤੇ ਮਨੁੱਖ ਦਾ ਪੁੱਤ ਸਲੀਬ ਤੇ ਜਾਣ ਲਈ ਫੜਾਇਆ ਜਾਵੇਗਾ। ਬੋਲੋ ਹਾਲੇਲੂਯਾ। ਇਹ ਪਹਿਲੇ ਪ੍ਰਭੂ ਗੱਲ ਕਰ ਰਹੇ ਨਾ ਫੜਾਉਣ ਦੇ ਬਾਰੇ, ਤੇ ਪਹਿਲੇ ਹੀ ਗੱਲ ਕਰ ਰਹੇ ਕਿ ਮੈਨੂੰ ਮਨੁੱਖ ਦਾ ਪੁੱਤ ਕੀ ਹੋ ਜਾਏਗਾ, ਫੜਾਇਆ ਜਾਵੇਗਾ। ਕੋਈ ਜਣਾ ਹੋਰ ਪੜ੍ਹ ਦੋ ਜਣੇ, ਕੋਈ ਜਣਾ ਸਾਬਾਸ ਪੜੋ ਪੜੋ, ਦੋ ਹੈ ਦੂਸਰੀ ਐਤ ਆ ਪਹਿਲੋ ਹੀ। ਹਾਂ ਹਾਂ, ਆਉ ਹੋਇਆ ਨੀ, ਤੁਸੀਂ ਪਹਿਲੀ ਨੂੰ ਆਤ ਨੂੰ ਨੀ, ਦੂਜੀ ਨੂੰ ਮੈਂ ਕਿਹਾ, ਦੋ ਐਤ ਪੜਨੀ ਸਿਰਫ ਦੂਸਰੀ। ਤੁਸੀਂ ਜਾਣਦੇ ਹੋ ਦੋ ਦਿਨਾਂ ਪਿੱਛੋਂ ਪਸਾਹ ਦਾ ਤਿਉਹਾਰ ਹੋਵੇਗਾ, ਮਨੁੱਖ ਦਾ ਪੁੱਤਰ ਸਲੀਬ ਦਿੱਤੇ ਜਾਣ ਦੇ ਲਈ ਫੜਾਇਆ ਜਾਵੇਗਾ। ਪਹਿਲੇ ਗੱਲ ਹੋ ਰਹੀ ਆ, ਯਿਸੂ ਮਸੀਹ ਨੂੰ ਪਹਿਲੇ ਪਤਾ। ਵੇਖੋ, ਜਿਸ ਇਨਸਾਨ ਨੂੰ ਪਹਿਲੇ ਪਤਾ ਹੋਵੇ ਕਿ ਮੈਂ ਕੀ ਜਾਣਾ ਵਾ, ਇਹਨਾਂ ਦੇ ਹੱਥੋਂ ਕੀ ਜਾਵਾਂਗਾ, ਫੜਾਇਆ ਤੇ ਉਹ ਕੀ ਕਰਦਾ ਵਾ, ਬੈਠਾ ਰਹਿੰਦਾ ਕਿ ਕਿਤੇ ਦੌੜ ਭੱਜ ਵੀ ਕਰਦਾ ਨਾ, ਆਪਣਾ ਬਚਾਓ ਤੇ ਕਰਦਾ ਹੀ ਆ ਨਾ, ਵੀ ਮੈਂ ਵੀ ਦੋ ਦਿਨਾਂ ਬਾਅਦ ਮੈਨੂੰ ਕੀ ਕੀਤਾ ਜਾਏਗਾ, ਮਾਰ ਦਿੱਤਾ ਜਾਵੇਗਾ। ਆ ਥੋੜਾ ਸਮਾਂ ਹੋਇਆ ਨਾ ਫਾਂਸੀ ਦਾ, ਜਦੋਂ ਆਰਡਰ ਆ ਚੁੱਕਾ ਹੈਗਾ, ਤਿੰਨ ਹੀ ਨਾ, ਚਾਰ ਸੀਗੇ, ਤੇ ਉਹਨਾਂ ਨੇ ਆਪਣੇ ਬਚਾਓ ਦਾ ਕਿੰਨਾ ਯਤਨ ਕੀਤਾ, ਪੂਰਾ ਯਤਨ ਲਾਇਆ ਉਹਨਾਂ ਨੇ। ਕਦੀ ਇੱਕ ਜਣਾ ਹਟਦਾ ਸੀ, ਦੂਜਾ ਲਾ ਦਿੰਦਾ ਸੀ ਆਪਣੀ ਫਾਈਲ, ਤੀਸਰਾ ਲਾ ਦਿੰਦਾ ਸੀ ਚੌਕ, ਹਨਾ। ਪਰ ਉਹਨਾਂ ਦੀ ਫਾਂਸੀ ਜਿਹੜੀ ਸੀਗੀ ਤੈ ਸੀਗੀ, ਉਹਨਾਂ ਨੂੰ ਫਾਂਸੀ ਹੋਣੀ ਹੀ। ਪਰ ਉਹਨਾਂ ਨੇ ਕੀ ਕੀਤਾ ਸੀ, ਬਹੁਤ ਬੜਾ ਗੁਨਾਹ, ਪਰ ਯਿਸੂ ਨੇ ਕੋਈ ਗੁਨਾਹ ਕੀਤਾ ਨਹੀਂ ਸੀ। ਯਿਸੂ ਮਸੀਹ ਤੇ ਦਿਆਵਾਨ ਤੇ ਤਰਸਵਾਨ, ਯਿਸੂ ਮਸੀਹ ਦੀ ਗਲਤੀ ਕੀ ਸੀ ਕਿ ਲੰਗੜੇ ਨੂੰ ਦੇਖਦਾ ਸੀ ਤੇ ਲੰਗੜਾ ਚਲਾ, ਜੇ ਅੰਨਾ ਉਹਦੇ ਕੋਲ ਆ ਜਾਂਦਾ ਸੀ ਤੇ ਅੰਨੇ ਦੀਆਂ ਅੱਖਾਂ ਹੀ ਖੁੱਲ ਜਾਂਦੀਆਂ ਸੀ। ਇਹ ਕੋੜੀ ਕੋੜ ਦਾ ਮਾਰਾ ਯਿਸੂ ਮਸੀਹ ਦੇ ਕੋਲ ਆ ਜਾਂਦਾ ਸੀ ਤੇ ਉਹਦਾ ਕੋੜ ਕੀ ਹੋ ਜਾਂਦਾ ਸੀ, ਖਤਮ ਹੋ। ਉਹ ਚਾਰ ਚਾਰ ਦਿਨਾਂ ਦੇ ਲਾਜ਼ਰ ਨੂੰ ਆਵਾਜ਼ ਦਿੰਦਾ ਸੀ, ਇਹ ਲਾਜ਼ਰ ਕਬਰ ਚੋ ਬਾਹਰ ਆ ਜਾ, ਤੇ ਲਾਜ਼ਰ ਕਬਰ ਚੋ ਬਾਹਰ ਆ ਗਿਆ ਤੇ ਉਹ ਜਿਉਂਦਾ ਹੋ ਗਿਆ। ਇਹ ਕੀ ਆ, ਯਿਸੂ ਮਸੀਹ ਦਾ ਇਹੋ ਹੀ ਗੁਨਾਹ ਸੀ ਕਿ ਉਹ ਕੀ ਕਰਦਾ ਸੀ, ਭਲੇ ਹੀ ਕੰਮ ਕਰਦਾ ਸੀ, ਅੰਨਿਆਂ ਨੂੰ ਅੱਖਾਂ ਦਿੰਦਾ ਸੀ, ਕੋੜੀਆਂ ਦੇ ਕੋੜਾਂ ਨੂੰ ਕੋੜ ਸੁੱਧ ਕਰਦਾ ਸੀ, ਜਾਂ ਉਹ ਕਹਿੰਦਾ ਸੀ ਜਾ ਤੇਰੇ ਪਾਪ ਮਾਫ ਹੋ ਗਏ। ਮੇਰੇ ਭੈਣ ਭਰਾਵੋ, ਮੇਰੀ ਤੁਹਾਡੇ ਅੱਗੇ ਬੇਨਤੀ ਆ, ਇਹ ਵਚਨ ਜਿਹੜਾ ਤੁਸੀਂ ਫੇਸਬੁੱਕ ਦੇ ਦੁਆਰਾ, ਯੂਟਿਊਬ ਦੇ ਦੁਆਰਾ
ਤੁਸੀਂ ਸੁਣ ਰਹੇ ਹੋ ਨਾ, ਇਹ ਵਚਨ ਸਤਿਆ ਤੇ ਪੂਰੀ ਤਰ੍ਹਾਂ ਹੀ ਮੰਨਣ ਦੇ ਯੋਗ ਆ। ਇਹ ਪੂਰੀ ਤਰ੍ਹਾਂ ਮੰਨਣ ਦੇ ਯੋਗ ਆ। ਇੱਕ ਯਸੂ ਮਸੀਹ ਆ ਕਿ ਜਿਹਨੂੰ ਆਪਣੇ ਮਰਨ ਦਾ ਪਤਾ ਕਿ ਮੈਂ ਇਸ ਤਰੀਕ ਨੂੰ ਮਾਰੇ ਜਾਣਾ ਤੇ ਇਸ ਤਰੀਕ ਨੂੰ ਫੇਰ ਕੀ ਹੋ ਜਾਣਾ ਵਾ, ਜੀਵਤ ਹੋ। ਇੱਕ ਯਸੂ ਆ ਜਿਹਨੂੰ ਮਰਨ ਦਾ ਵੀ ਪਤਾ ਵਾ ਤੇ ਜਿਉਣ ਦਾ ਵੀ ਪਤਾ ਆ। ਇੱਕ ਯਸੂ ਮਸੀਹ ਆ ਜਿਹੜਾ ਕਹਿੰਦਾ ਆ ਕਿ ਮੈਂ ਤੀਸਰੇ ਦਿਨ ਕੀ ਹੋ ਜਾਵਾਂਗਾ, ਜਿੰਦਾ ਹੋ ਜਾਵਾਂਗਾ। ਪਰ ਉਹਦੇ ਚੇਲਿਆਂ ਨੂੰ ਕੁਝ ਸਮਝ ਲੱਗਦੀ ਨਹੀਂ। ਉਹਦੇ ਚੇਲਿਆਂ ਨੂੰ ਇਹਨਾਂ ਗੱਲਾਂ, ਭੇਤ ਦੀਆਂ ਗੱਲਾਂ ਉਹ ਪੁੱਛ ਰਹੇ ਨੇ ਕਿ ਪ੍ਰਭੂ ਇਹ ਕਦੋਂ ਹੋਏਗਾ। ਬੋਲੋ ਹਾਲੇਲੂਯਾ, ਹਾਲੇਲੂਯਾ। ਕੀ ਕੀਤਾ ਜਾਵੇਗਾ? ਪ੍ਰਭੂ ਕੀ ਕਹਿੰਦਾ, ਮੈਂ ਦੋ ਦਿਨਾਂ ਬਾਅਦ ਕੀ ਮੈਂ ਫੜਾਇਆ ਜਾਵਾਂਗਾ। ਫਿਰ ਪ੍ਰਭੂ ਯਿਸੂ ਮਸੀਹ ਨੇ ਹਾਂਜੀ ਕੀ ਲਿਖਿਆ? ਨਹੀਂ ਨਹੀਂ, ਫਿਰ ਉਸ ਤੋਂ ਬਾਅਦ 15 ਆਇਆ ਥਾ। ਤਦ ਮੈਨੂੰ ਤੁਸੀਂ ਦੱਸੋ ਕੀ ਦਵੋਗੇ ਜੇ ਮੈਂ ਤੁਹਾਨੂੰ ਯਿਸੂ ਮਸੀਹ ਨੂੰ ਫੜਵਾ ਦਵਾਂ, ਤੁਸੀਂ ਮੈਨੂੰ ਕੀ ਦਵੋਗੇ? ਹਾਂਜੀ, ਤਦ ਫੜਾਉਣ ਵਾਲੇ ਨੂੰ, ਯਹੂਦਾ ਨੂੰ 30 ਰੁਪਏ ਤੋਲ ਦਿੱਤੇ। ਉਸੇ ਵੇਲੇ 30 ਰੁਪਏ ਤੋਲ ਕੇ ਥੈਲੀ ਵਿਚ ਪਾ ਕੇ, ਤੇ ਹੁਣ ਉਹ ਜੁਗਤੀ ਫੜਾਉਣ ਦੀ ਬਣਾ ਰਿਹਾ ਆਪਣੇ ਮਨ ਦੇ ਵਿਚ। ਉਹ ਦੇਖ ਰਿਹਾ ਕਿ ਹੁਣ ਮੈਂ ਯਿਸੂ ਮਸੀਹ ਨੂੰ ਫੜਾਵਾਂ ਤੇ ਕਿੱਦਾਂ ਫੜਾਵਾਂ। ਹਾਂਜੀ, ਉਹ ਉਸੇ ਵੇਲੇ ਹੀ ਦਾਲ ਲੱਭਦਾ ਸੀ। ਅੱਗੇ 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 ਹਾਂਜੀ ਬੋਲੋ ਹਾਲੇਲੂਯਾ। ਉਹ ਕੀ ਲੱਭਦਾ ਸੀਗਾ? ਦਾਲ ਲੱਭਦਾ ਸੀ, ਫੜਾਉਣ ਦਾ ਦਾਲ ਲੱਭਦਾ ਸੀਗਾ। ਤੁਹਾਨੂੰ ਪਤਾ ਉਸ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਨੇ ਜਦੋਂ ਰੋਟੀ ਖਾਧੀ ਤੇ ਖਾਂਦਿਆਂ ਇੱਕ ਬੜੀ ਤਗੜੀ ਭੇਤ ਦੀ ਗੱਲ ਆ, ਤੁਸੀਂ ਉਹਨੂੰ ਸਮਝੋਗੇ। ਉਸ ਤੋਂ ਪਹਿਲਾਂ ਪ੍ਰਭੂ ਨੇ ਕੀ ਕਿਹਾ ਭਲਾ? ਹਾਂ, ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ